ਬਾਈ ਉਹ ਧਰਨਾ ਲੱਗਿਆ ਇਹਦਾ ਕੀ ਕਾਰਨ ਹੈਗਾ? ਕਾਰਨ ਹੈ ਜੀ ਸਾਡੀ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ। ਅੱਗੇ ਕੀ ਮੰਗ ਕਰਦੇ ਹੋ? ਅੱਗੇ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਤਨਖਾਹ ਤਾਂ ਦਿੱਤੀ ਜਾਵੇ ਨਾ, ਸਾਡੀ ਹਾਜ਼ਰੀ ਵੀ ਨਹੀਂ ਲੱਗਦੀ, ਸਾਨੂੰ ਤਨਖਾਹ ਵੀ ਨਹੀਂ ਪ੍ਰੋਪਰਲੀ ਦੇ ਰਹੇ। ਦੇਖੋ ਐਡੇ ਐਡੇ ਅਫਸਰਾਂ ਨੂੰ ਡੇਢ ਡੇਢ ਲੱਖ ਰੁਪਇਆ ਦੇਈ ਜਾਂਦੇ ਨੇ, ਸਾਨੂੰ ਕੁਛ ਤਾਂ ਦੇਣਾ ਚਾਹੀਦਾ। ਅਸੀਂ 21,000 ਦੀ ਮੰਗ ਰੱਖੀ ਆ, 21,000 ਪਰ ਮੰਥ ਜੀ, 700 ਰੁਪਇਆ ਡੇਲੀ ਦਾ ਕੋਈ ਜ਼ਿਆਦਾ ਨਹੀਂ ਹੈਗਾ। ਹੁਣ ਕਿੰਨੀ ਤਨਖਾਹ ਮਿਲਦੀ? ਸਾਨੂੰ 24 ਘੰਟੇ ਵਰਕ ਲਿਆ ਜਾਂਦਾ ਸਾਥੋਂ, ਨਹੀਂ ਵਰਕ ਦਾ ਵੀ ਟਾਈਮ ਹੁੰਦਾ ਦੇਖੋ, 4 ਘੰਟੇ 6 ਘੰਟੇ ਵੱਧ ਤੋਂ ਵੱਧ 8 ਘੰਟੇ ਹਰ ਇੱਕ ਦਾ ਵਰਕ, ਸਾਨੂੰ 24 ਘੰਟੇ ਵਰਕ ਹੈ ਜੀ ਸਾਡਾ। 24 ਘੰਟੇ ਸਾਥੋਂ ਕੰਮ ਲੈਂਦੇ ਆ ਜੀ, ਪਤਾ ਕਦੋਂ ਫੋਨ ਆ ਜੇ। ਵਾਧੂ ਦੇ ਕੰਮ ਲਈ ਜਾਂਦੇ ਨਾ ਜਿਹੜੇ, ਇਹ ਵੀ ਜ਼ਿਆਦਾ ਕੋਈ ਪੇਮੈਂਟ ਨਹੀਂ। ਆਹ ਹੁਣ ਕੈਂਪ ਲਾਉਣ ਲੱਗ ਗਏ, ਇਹਨਾਂ 'ਚ ਕੋਈ ਉਹ ਨਹੀਂ ਵੀ ਚਲੋ ਪੈਸੇ ਨੇ, ਚਲੋ ਕੋਈ ਡਰ ਨਹੀਂ, ਲੋਕਾਂ ਲਈ ਖੜਦੇ ਹਾਂ ਆਪਾਂ, ਖੜਨਾ ਚਾਹੀਦਾ। ਉਹਨਾਂ ਦੇ ਕੋਈ ਪੈਸੇ ਨਹੀਂ ਹੈਗੇ ਸਾਨੂੰ ਜਿਹੜੇ ਕੈਂਪ ਲਾ ਰਹੇ ਨੇ ਹੁਣ। ਪੰਜਾਬ ਸਰਕਾਰ ਤੋਂ ਕਿਵੇਂ? ਪੰਜਾਬ ਸਰਕਾਰ ਤੋਂ ਤਾਂ ਕੁਛ ਵੀ ਨਹੀਂ ਦੇ ਰਹੀ ਪੰਜਾਬ ਸਰਕਾਰ ਤਾਂ ਸਾਨੂੰ। ਉਹ ਚੰਨੀਓ ਵਧੀਆ ਸੇਧੂ ਦੇ ਜਿਹੜਾ ਸਾਡਾ 2500 ਪਰ ਮੰਥ ਕਰ ਗਿਆ, ਇਹ ਮਾਨ ਨੇ ਤਾਂ ਜਮੀ ਲੁਟੇਰੇ ਬਣ ਗਏ, ਮਾਨ ਤਾਂ ਡਬਲ ਕਿਹਾ ਸੀ ਇਹਨੇ ਉਸ ਟਾਈਮ ਜਦੋਂ ਚੰਨੀ ਨੇ 2500 ਕਿਹਾ ਸੀ, ਮਾਨ ਸਰਕਾਰ ਨੇ ਕਿਹਾ ਸੀ ਤੁਹਾਡਾ ਡਬਲ ਕਰ ਦਾਂਗੇ ਅਸੀਂ। ਉਹ ਇਹਨਾਂ ਦੇ ਵਿਧਾਇਕਾਂ ਤੱਕ ਗੱਲ ਕੀਤੀ ਐ ਐਮਐਲਏ ਤੱਕ? ਬਹੁਤ ਬਹੁਤ ਕਹਿ ਚੁੱਕਿਆ ਸਾਰਿਆਂ ਨੂੰ, ਜਿਹਨੇ ਕੁਰਸੀਆਂ ਲੈਣੀਆਂ ਸੀ ਲੈ ਲਈਆਂ ਜੀ, ਐਮਐਲਏ ਨੇ ਵੀ ਕੁਰਸੀਆਂ ਲੈ ਲਈਆਂ। ਅੱਗੇ ਤੋਂ ਤਾਂ ਹੁਣ ਅਸੀਂ ਸਿਆਣੇ ਕਰਦੇ ਨਾ, ਸਗੋਂ ਅੱਗੇ ਤੋਂ ਵੋਟ ਨਹੀਂ ਮਿਲਦੀ ਜੀ ਇਹਨਾਂ ਨੂੰ। ਸਾਡੀ 25,000 ਵਾਂਗੂ ਵੋਟ ਹੈ ਬਸ, 25,000 ਇੱਥੇ ਖੜੀ ਰਹੂਗੀ। ਹੁਣ ਅਸੀਂ ਆਪਦੀ ਸਰਕਾਰ ਆਪ ਬਣਾਵਾਂਗੇ, ਗਲਤੀ ਆਪਣੇ 'ਚ ਲੋਕਾਂ 'ਚ ਹੀ ਆ ਗਲਤੀ। ਜੇ ਆਪਾਂ ਨੂੰ ਲੋੜ ਹੀ ਨਹੀਂ ਸਰਕਾਰ ਬਣਾਉਣ ਦੀ, ਆਪਾਂ ਕਿਉਂ ਸਰਕਾਰ ਬਣਾ ਰਹੇ ਹਾਂ? ਸਰਕਾਰ ਦੀ ਤਾਂ ਆਪਾਂ ਲੋੜ, ਆਪਾਂ ਆਪ ਸਰਕਾਰ ਹੈ। ਕਿਸਾਨ ਕਮਾ ਕਮਾ ਕੇ ਦਿੰਦੇ ਆ, ਉਹ ਤਾਂ ਭਈਆ ਮੋਦੀ ਹੈ ਜਿਹੜਾ ਚੌਲ ਖਾਈ ਜਾਂਦਾ, ਦਿਨ 3 ਟਾਈਮ ਦਾ ਉਹਨਾਂ ਦੇ ਚੌਲ ਬਣਦੇ 1 ਟਾਈਮ ਦਾ। ਵੀ ਜੇ ਚੌਲ ਕਿਸਾਨ ਕਮਾਊਗਾ ਫਿਰ ਹੀ ਉਹ ਖਾਊਗਾ। ਕਿਸਾਨ ਵੀ ਵਿਚਾਰੇ ਸੜਕਾਂ 'ਤੇ ਤਾਰਖੇ ਜਿਹੜੇ ਦਿਨ ਰਾਤ ਉਹਨਾਂ ਨੂੰ ਕਮਾ ਕੇ ਦਿੰਦੇ ਆ, ਉਹ ਤਾਂ ਬੈਠੇ ਨੇ, ਨਾ ਤਾਂ ਉਹਨਾਂ ਕੋਲ ਜ਼ਮੀਨ ਵੀ ਨਹੀਂ ਹੈਗੀ। ਇੱਥੇ ਜਿਹੜੇ ਜ਼ਮੀਨ ਵਾਲੇ ਨੇ ਉਹ ਵੀ ਵਿਚਾਰੇ ਭੁੱਖੇ ਮਰਨ ਲੱਗ ਰਹੇ, ਉਹ ਬਿਨਾਂ ਜ਼ਮੀਨਾਂ ਵਾਲੇ ਬੈਠੇ ਨੇ, ਰੱਜ ਕੇ ਖਾਂਦੇ ਨੇ ਵਧੀਆ ਟੌਪ ਦਾ ਖਾਂਦੇ ਆ। ਇਹ ਤਾਂ ਕਿਸਾਨ ਵੀ ਵਿਚਾਰੇ ਭੁੱਖੇ ਮਰ ਰਹੇ ਨੇ, ਅਸੀਂ ਆਪਦੇ ਹੱਕਾਂ ਲਈ ਲੜ ਰਹੇ ਹਾਂ। ਦੁਪਹਿਰੇ ਜਿਹੜੀ ਉਹ ਜੀਰੀ ਲਾਉਂਦੇ ਨੇ ਉਹਨਾਂ ਚ ਚੌਲ ਖਾਂਦੇ ਹੋ ਤੁਸੀਂ, ਕਣਕ ਦਾ ਭਾਅ ਤੁਸੀਂ ਤੋੜ ਰੱਖੇ ਹੋ। ਜੇ ਕਿਸਾਨ ਕਮਾਉਣਗੇ ਫਿਰ ਤੁਸੀਂ ਖਾਓਗੇ, ਜੇ ਕਿਤੇ ਕਿਸਾਨਾਂ ਨੇ ਜਵਾਬ ਦੇਤਾ ਫਸਲ ਬੀਜਣੀ ਤਾਂ ਫਿਰ ਭੁੱਖੀ ਮਰਨਗੇ ਉਹ। ਬਈ ਉਹ ਧਰਨਾ ਲੱਗਿਆ ਕੀ ਇਹਦਾ ਕੀ ਕਾਰਨ ਹੈਗਾ? ਇਹਦਾ ਕਾਰਨ ਇਹੀ ਹੈ ਜੀ, ਅਸੀਂ ਆਸ਼ਾ ਵਰਕਰਾਂ ਫੀਲਡ 'ਚ ਕੰਮ ਕਰਦੇ ਹਾਂ, ਨਿਗੂਣੇ ਭੱਤੇ 'ਤੇ ਕੰਮ ਕਰਦੇ ਹਾਂ ਜੀ, ਸਾਨੂੰ ਕੋਈ ਫਿਕਸ ਪੇ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਸਾਡੀ ਜਿਹੜੀ ਹਾਜ਼ਰੀ ਹੈ ਉਹ ਲੱਗਦੀ ਹੈ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੀ ਹਾਜ਼ਰੀ ਜਿਹੜੀ ਯਕੀਨੀ ਬਣਾਈ ਜਾਵੇ, ਸਾਨੂੰ ਮਿਨੀਮਮ ਪੇ ਜਿਹੜਾ 21,000 ਰੁਪਏ ਦਿੱਤਾ ਜਾਵੇ ਜੀ, ਅਤੇ 700 ਪਰ ਡੇ ਦਿਹਾੜੀ ਹੈ ਜਿਹੜੀ, 21,000 ਰੁਪਇਆ ਬਣਦਾ ਉਹ ਸਾਨੂੰ ਦਿੱਤਾ ਜਾਵੇ। ਸਰਕਾਰ ਤੋਂ ਸਾਡੀ ਇਹੀ ਮੰਗ ਹੈ ਜੀ। 2008 ਤੋਂ ਲੈ ਕੇ ਅਸੀਂ ਹੁਣ ਤੱਕ ਨਿਗੂਣੇ ਭੱਤਿਆਂ 'ਤੇ ਕੰਮ ਕਰਦੇ ਆ ਰਹੇ। ਪਹਿਲਾਂ ਵੀ ਧਰਨੇ ਲੱਗੇ ਨੇ ਇਸ ਤਰ੍ਹਾਂ ਦੇ? ਪਹਿਲਾਂ ਪੰਜਾਬ ਸਰਕਾਰ ਦੇ ਵਿਰੁੱਧ ਲੱਗੇ ਸੀਗੇ ਜੀ, ਹੁਣ ਅਸੀਂ ਸੈਂਟਰ ਸਰਕਾਰ ਦੇ ਵਿਰੁੱਧ ਧਰਨੇ ਲਾ ਰਹੇ ਹਾਂ ਜੀ। ਪਹਿਲਾਂ ਸਨਬਰੀ ਤੋਂ ਲੈ ਕੇ ਜੀ ਸਾਡੇ ਧਰਨੇ ਸਟਾਰਟ ਨੇ, ਹੁਣ ਸੈਂਟਰ ਸਰਕਾਰ ਦੇ ਵਿਰੁੱਧ ਲੱਗ ਰਹੇ ਨੇ ਜੀ, ਅਤੇ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ। ਪੰਜਾਬ ਸਰਕਾਰ ਤੋਂ ਕੀ ਮੰਗ ਕਰ ਦੋਗੇ? ਪੰਜਾਬ ਸਰਕਾਰ ਤੋਂ ਵੀ ਇਹੀ ਮੰਗ ਹੈ ਜੀ, ਪਹਿਲਾਂ ਸਾਨੂੰ ਇਹਨਾਂ ਨੇ ਵਾਅਦਾ ਕਰਿਆ ਸੀਗਾ ਜੀ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਵੀ ਤੁਹਾਡਾ ਅਸੀਂ ਡਾਵਰ ਕਰਾਂਗੇ। ਪਹਿਲਾਂ ਸਾਨੂੰ 2500 ਰੁਪਇਆ ਕਰਿਆ ਸੀ ਇਹਨਾਂ ਨੇ ਮਹੀਨੇ ਦਾ, ਅਤੇ ਇਹਨਾਂ ਨੇ ਕਿਹਾ ਅਸੀਂ ਡਾਵਲ 5000 ਰੁਪਏ ਪ੍ਰਤੀ ਮਹੀਨਾ ਅਸੀਂ ਦੇਵਾਂਗੇ, ਅਤੇ ਫਿਲਹਾਲ ਕੁਛ ਨਹੀਂ ਦਿੱਤਾ ਜੀ ਸਾਨੂੰ।